ਜਲੰਧਰ ਦੇ ਫਲੋਰ ਵਿੱਚ ਇੱਕ ਬੇਹੱਦ ਹੀ ਸੰਗੀਨ ਮਾਮਲਾ ਵੇਖਣ ਨੂੰ ਸਾਹਮਣੇ ਆਇਆ ਹੈ, ਜਿਸ ਵਿੱਚ ਪੁਲਿਸ ਦੇ ਦੋਸ਼ ਲੱਗੇ ਨੇ ਕਿ ਉਹਨਾਂ ਨੇ ਬਿਨਾਂ ਕਿਸੇ ਆਰਡਰ ਤੋਂ ਲਾਟਰੀ ਵਾਲਿਆਂ ਨੂੰ ਚੁੱਕਿਆ ਅਤੇ ਉਹਨਾਂ ਨਾਲ ਮਾਰਕੁੱਟ ਕੀਤੀ। ਇੰਨਾ ਹੀ ਨਹੀਂ, ਉਹ ਕੁੱਟਦੇ ਹੋਏ ਉਹਨਾਂ ਨੂੰ ਥਾਣੇ ਲੈ ਗਏ ਅਤੇ ਸਾਰੀ ਰਾਤ ਉਹਨਾਂ ਨੂੰ ਥਾਣੇ ਵਿੱਚ ਬੰਦ ਕਰਕੇ ਕੁੱਟਮਾਰ ਕੀਤੀ ਗਈ। ਜਲੰਧਰ ਦੇ ਪੰਜਾਬ ਪ੍ਰੈਸ ਕਲੱਬ ਵਿਖੇ ਭੂਸ਼ਣ ਕੁਮਾਰ ਅਤੇ ਲਖਵਿੰਦਰ ਸਿੰਘ ਦੋਵੇਂ ਦੋਸਤ ਲੁਧਿਆਣਾ ਦੇ ਰਹਿਣ ਵਾਲੇ ਹਨ, ਜੋ ਕਿ ਕਾਫ਼ੀ ਸਮੇਂ ਤੋਂ ਲੁਧਿਆਣਾ ਵਿਖੇ ਲਾਟਰੀ ਦਾ ਕੰਮ ਕਰ ਰਹੇ ਸਨ। ਲੁਧਿਆਣਾ ਵਿੱਚ ਕੰਮ ਮੰਦਾ ਹੋਣ ਕਾਰਨ ਉਹਨਾਂ ਨੇ ਕੰਮ ਬੰਦ ਕਰ ਫਲੋਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੰਮ ਹਾਲੇ ਸ਼ੁਰੂ ਕੀਤੇ ਨੂੰ ਕੁਝ ਹੀ ਦਿਨ ਹੋਏ ਸਨ ਕਿ ਫਲੋਰ ਦੀ ਪੁਲਿਸ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ 6 ਫਰਵਰੀ 2020 ਸ਼ਾਮ ਨੂੰ ਪੁਲਿਸ ਨੇ ਉਹਨਾਂ ਦੀ ਦੁਕਾਨ 'ਤੇ ਆ ਕੇ ਉਹਨਾਂ ਦੀ ਕੁੱਟਮਾਰ ਕੀਤੀ ਅਤੇ ਕੁੱਟਦੇ ਹੋਏ ਉਹਨਾਂ ਨੂੰ ਥਾਣੇ ਲੈ ਗਏ। ਇਹ ਸਾਰੀ ਹੱਡਬੀਤੀ ਫਲੋਰ ਵਿੱਚ ਕੰਮ ਕਰ ਰਹੇ ਲਾਟਰੀ ਵਿਕਰੇਤਾਵਾਂ ਨੇ ਦੱਸੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਉਹਨਾਂ ਨਾਲ ਬੇਹੱਦ ਹੀ ਮਾੜਾ ਸਲੂਕ ਕੀਤਾ ਗਿਆ ਅਤੇ ਬੇਵਜ੍ਹਾ ਉਹਨਾਂ ਨਾਲ ਕੁੱਟਮਾਰ ਕੀਤੀ ਗਈ। ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਪੁਲਿਸ ਹੈ ਜਿਹੜੀ, ਉਹ ਆਏ ਦਿਨ ਕਿਸੇ ਨਾ ਕਿਸੇ ਜਿਹੜੇ ਮੁੱਦੇ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ ਤੇ ਮਾਰਕੁੱਟ ਦਾ ਉਹਦੇ ਲਈ ਆਏ ਹਰ ਇੱਕ ਦੂਜੇ ਦਿਨ ਦਾ ਕੰਮ ਹੈਗਾ ਤੇ ਹੁਣ ਇੱਕ ਨਵਾਂ ਮਾਮਲਾ ਫਲੋਰ ਤੋਂ ਸਾਹਮਣੇ ਆਇਆ ਜਿਹਦੇ ਵਿੱਚ ਦੜੇ ਸੱਟੇ ਦੇ ਮਾਮਲੇ ਦੇ ਵਿੱਚ ਪੁਲਿਸ ਦੀ ਹੈ ਜਿਹੜੀ ਉਹ ਕੁੱਟਮਾਰ ਹੈ ਜਿਹੜੀ ਉਹਦਾ ਮਾਮਲਾ ਸਾਹਮਣੇ ਆ ਰਿਹਾ। ਕਹਿਣਾ ਹੈ ਇਹਨਾਂ ਦਾ ਜਿਹੜੇ ਅੱਜ ਪੀਸੀ ਕਰਨ ਆਏ ਨੇ ਇਹਨਾਂ ਦੇ ਨਾਲ ਹੋਇਆ ਹੈ ਕਿ ਇਹ ਲੁਧਿਆਣੇ ਦੇ ਵਾਸੀ ਨੇ ਔਰ ਇਹ ਫਲੋਰ ਆਪਣਾ ਦੜੇ ਸੱਟੇ ਦਾ ਕੰਮ ਕੋਈ ਲਾਟਰੀ ਦਾ ਕੰਮ ਕਰਨ ਗਏ ਸੀਗੇ। ਬਾਕੀ ਲੋਕ ਵੀ ਉੱਥੇ ਐਟ ਪ੍ਰੈਜੈਂਟ ਕੰਮ ਕਰ ਰਹੇ ਨੇ ਦੜੇ ਸੱਟੇ ਦਾ, ਲੇਕਿਨ ਇਹਨਾਂ ਦੇ ਨਾਲ ਹੀ ਮਾਰਕੁੱਟ ਜਿਹੜੀ ਉਹ ਚੁੱਕ ਕੇ ਇਹਨਾਂ ਨੂੰ 2 ਦਿਨ ਪਹਿਲੇ ਉਹ ਕੀਤੀ ਗਈ ਹੈ। ਤਾਂ ਅਸੀਂ ਤੁਹਾਡੀ ਉਹਨਾਂ ਨਾਲ ਗੱਲ ਕਰਵਾਉਂਦੇ ਹਾਂ ਤੇ ਤੁਸੀਂ ਦੇਖੋ ਕਿ ਉਹਨਾਂ ਦੇ ਨਾਲ ਕੀ ਮਾਰਕੁੱਟ ਹੋਈ ਹੈ ਤੇ ਕਿੱਦਾਂ ਉਹਨਾਂ ਦਾ ਜੋ ਹਾਲ ਹੈਗਾ ਉਹ ਪੁਲਿਸ ਵਾਲੇ ਨੇ ਕੀਤਾ ਹੈਗਾ। ਮੇਰਾ ਨਾਮ ਭੂਸ਼ਣ ਕੁਮਾਰ ਹੈ ਜੀ, ਮੈਂ ਲੁਧਿਆਣਾ ਦਾ ਰਹਿਣ ਵਾਲਾ ਜੀ ਤੇ ਮੇਰਾ ਲੋਟਰੀ ਦਾ ਕੰਮ ਤੇ ਲੁਧਿਆਣਾ 'ਚ, ਲੁਧਿਆਣੇ 'ਚ ਲੋਟਰੀ ਬੰਦ ਹੋ ਗਈ ਤੇ ਮੈਂ ਫਲੋਰ ਦੇ 'ਚ ਲੋਟਰੀ ਚੱਲ ਰਹੀ ਸੀ ਤੇ ਮੈਂ ਲਾਟਰੀ ਦਾ ਕੰਮ ਕਰ ਲਈ ਫਲੋਰ ਗਿਆ ਤੇ ਫਲੋਰ ਮੈਂ ਦੁਕਾਨ ਲਿੱਤੀ ਰੈਲ 'ਤੇ ਤੇ ਉੱਥੇ ਜਾ ਕੇ ਮੈਂ ਦੁਕਾਨ ਖੋਲ੍ਹੀ। ਮੈਨੂੰ 2 ਦਿਨ ਦੁਕਾਨ ਖੋਲ੍ਹਣ ਨੂੰ ਹੋਏ ਸੀਗੇ ਅਤੇ ਤੀਸਰੇ ਦਿਨ ਮੈਨੂੰ ਤੀਸਰੇ ਦਿਨ ਸ਼ਾਮੀ ਆ ਕੇ ਪੁਲਿਸ ਵਾਲਿਆਂ ਨੇ ਮੈਨੂੰ ਚੱਕ ਲਿਆ ਅਤੇ ਉਹਨਾਂ ਨੇ ਮੈਨੂੰ ਦੁਕਾਨ 'ਤੇ ਪਹਿਲਾਂ ਮੈਨੂੰ ਮਾਰਕੁੱਟ ਕੀਤੀ ਅਤੇ ਮੈਨੂੰ ਗੱਡੀ ਬਿਠਾ ਕੇ ਥਾਣੇ ਲਿਜਾ ਕੇ ਤਾਂ ਮੈਂ ਆਪਣੇ ਘਰਦਿਆਂ ਨੂੰ ਫੋਨ ਕੀਤਾ ਅਤੇ ਮੇਰੇ ਘਰਦੇ ਆਏ, ਮੇਰੇ ਭਰਾ ਆਏ ਤਾਂ ਉਹਨਾਂ ਨੇ ਮੇਰੀ ਜਮਾਨਤ ਦਿੱਤੀ, ਇਹਨਾਂ ਨੇ ਮੇਰੇ 'ਤੇ ਦਰਜ ਸੱਟੇ ਦਾ ਪਰਚਾ ਦਿੱਤਾ ਹੋਇਆ ਜੀ ਅਤੇ ਮੇਰੇ ਭਰਾ ਨੇ ਜਮਾਨਤ ਦਿੱਤੀ, ਇਹਨਾਂ ਨੇ ਮੈਨੂੰ ਰਿਲੀਵ ਨਹੀਂ ਕੀਤਾ ਅਤੇ ਰਾਹੀ ਰਾਤ ਨਾਲ ਮੈਨੂੰ ਥਾਣੇ ਰੱਖਿਆ ਅਤੇ ਮੈਨੂੰ ਥਾਣੇ ਰਾਤ ਨੂੰ ਕੁੱਟਦੇ ਰਹੇ ਆ ਜੀ। ਮੈਨੂੰ ਜ਼ੋਰ ਤੋਂ ਜ਼ਿਆਦਾ ਇਹਨਾਂ ਨੇ ਮਾਰਿਆ, ਮਾਰ ਕੇ ਫਿਰ ਮੈਨੂੰ ਇੱਕ ਵਾਰੀ DSP ਦੇ ਦਫ਼ਤਰ ਲੈ ਗਏ ਜੀ। ਉੱਥੇ ਲਿਆ ਕੇ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ DSP ਦੇ ਸਾਹਮਣੇ ਮੈਨੂੰ ਬਹੁਤ ਜ਼ਿਆਦਾ ਟੋਰਚਰ ਕੀਤਾ। ਫਿਰ ਮੈਨੂੰ ਵਾਪਸ ਰਾਤੀ ਥਾਣੇ ਲਿਆਏ ਤਾਂ ਇਹਨਾਂ ਨੇ ਜਮਾਨਤ ਲਿੱਤੀ, ਮੇਰੇ ਭਰਾ ਕੋਲ ਇਹਨਾਂ ਨੇ ਉਹਨਾਂ ਨੂੰ ਵਾਪਸ ਭੇਜਤਾ ਅਤੇ ਰਾਤੀ ਮੈਨੂੰ ਵਾਰ ਵਾਰ ਕਰ ਆ ਕੇ ਟਾਰਗੇਟ ਕਰਦੇ ਰਹੇ ਤਾਂ ਫਿਰ ਮੈਨੂੰ ਇਹਨਾਂ ਨੇ ਰੱਖਿਆ ਅਤੇ ਅਗਲੇ ਦਿਨ ਫਿਰ ਅਗਲੇ ਦਿਨ ਰਾਤੀ 8 ਵਜੇ ਮੇਰੇ ਭਰਾਵਾਂ ਨੇ ਉਹਨਾਂ ਨੇ ਕਿਸੇ ਬੰਦੇ ਦਾ ਫੋਨ ਕਰਾਇਆ ਅਤੇ ਤਾਂ ਇਹਨਾਂ ਨੇ ਮੈਨੂੰ ਛੱਡਿਆ। ਨਹੀਂ ਤਾਂ ਇਹਨਾਂ ਦੀ ਸਲਾਹ ਬਣੀ ਸੀ, DSP ਸਾਹਿਬ ਕਹਿੰਦੇ ਸੀ ਕਿ ਇਹਨਾਂ ਨੂੰ ਛੱਡਣ ਦੇ ਸੱਟਾਂ ਬਹੁਤ ਜ਼ਿਆਦਾ ਲੱਗ ਚੁੱਕੀਆਂ ਹੋਈਆਂ ਵਾ, ਇਹਦੇ 'ਤੇ ਕੋਈ ਹੋਰ ਚਰਸ ਸਕੀਮ ਦਾ ਕੋਈ ਚੀਜ਼ ਪਾ ਕੇ ਇਹਨਾਂ 'ਤੇ ਪਰਚਾ ਦੇ ਕੇ ਇਹਨੂੰ ਪੇਸ਼ੀ ਕਰਾ ਕੇ ਇਹਨੂੰ ਜੇਲ੍ਹ ਭੇਜ ਦਿੱਤਾ ਜਾਵੇ। DSP ਦਾ ਨਾਮ ਕੀ? DSP ਦਾ ਨਾਮ ਜੀ ਦਵਿੰਦਰ ਖੱਤਰੀ ਸੀਗਾ ਜੀ। ਤੇ ਜਿਹੜੇ ਥਾਣੇ ਤੁਹਾਨੂੰ ਲੈ ਗਏ ਸੀਗੇ ਉਹ ਥਾਣਾ ਕਿਹੜਾ ਸੀਗਾ? ਥਾਣਾ ਫਲੋਰ ਦਾ ਸੀਗਾ ਜੀ, ਥਾਣਾ ਫਲੋਰ ਜੀ। SHO ਉੱਥੇ ਜੀ? SHO ਸੁੱਕਾ ਸਿੰਘ। ਤੇ ਜਿਹਨੇ ਤੁਹਾਨੂੰ ਟੋਰਚਰ ਕੀਤਾ ਉਹਦਾ ਨਾਮ ਪਤਾ ਤੁਹਾਨੂੰ, ਜਿਹਨੇ ਤੁਹਾਨੂੰ ਉਸ ਵੇਲੇ ਮਾਰਿਆ ਕੁੱਟਿਆ? ਸੁੱਕਾ ਸਿੰਘ ਨੇ ਮਾਰਿਆ ਜੀ ਸਾਨੂੰ, SHO ਨੇ ਜ਼ਿਆਦਾ ਮਾਰਿਆ ਜੀ। ਮੈਂ ਤਾਂ ਲੋਟਰੀ ਵਾਸਤੇ ਰੋਟੀ ਪਾਣੀ ਦੇ ਚੱਕਰ ਤੇ ਚਾਹੀਦਾ ਸੀ ਤੇ ਇਹਨਾਂ ਨੇ ਮੇਰੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਜੀ, ਮੈਨੂੰ ਇਨਸਾਫ ਦਿੱਤਾ ਜਾਵੇ। ਠੀਕ ਹੈ, ਅੱਗੇ ਹਾਂਜੀ ਹੁਣ ਬੋਲੋ। ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ, ਲੁਧਿਆਣੇ ਦੇ ਲੈਟਰੀ ਦਾ ਕੰਮ ਬੰਦ ਸੀਗਾ ਜੀ। ਅਸੀਂ ਫਲੋਰ ਦੁਕਾਨਾਂ ਖੁੱਲੀਆਂ ਦੇਖੀਆਂ, ਫਲੋਰ ਆ ਕੇ ਅਸੀਂ ਦੁਕਾਨ ਲੈ ਲਈ ਜੀ ਰੈਂਟ 'ਤੇ ਜੀ, ਅਤੇ ਉੱਥੇ ਆ ਕੇ ਦੁਕਾਨ ਨੇ 2 ਦਿਨ ਹੋਏ ਸੀਗੇ ਜੀ, ਹਾਲੇ ਸਾਰੇ ਫਲੋਰ ਦਾ ਕੰਮ ਖੁੱਲ੍ਹਾ ਸੀਗਾ ਜੀ। ਸਾਡੀਆਂ 2 ਦੁਕਾਨਾਂ 'ਤੇ ਆ ਕੇ SHO ਸੁੱਖਾ ਸਿੰਘ ਨੇ ਰੇਟ ਕੀਤੀ ਜੀ ਅਤੇ ਸਾਨੂੰ ਦੁਕਾਨ 'ਤੇ ਕੁੱਟਣ ਚਾਲੂ ਕਰਤਾ ਜੀ। ਉਸ ਤੋਂ ਬਾਅਦ ਗੱਡੀ 'ਚ ਪਾਇਆ, ਗੱਡੀ 'ਚ ਪਾ ਕੇ ਸਾਨੂੰ ਕੁੱਟਦੇ ਲੈ ਕੇ ਗਏ ਜੀ ਥਾਣੇ, ਥਾਣੇ ਆ ਕੇ ਕੁੱਟਿਆ ਸਾਨੂੰ ਜੀ। ਉਸ ਤੋਂ ਬਾਅਦ ਸਾਨੂੰ ਜੀ DSP ਦਫ਼ਤਰ ਲੈ ਕੇ ਗਏ ਨੇ ਦਵਿੰਦਰ ਕੁਮਾਰ ਅਤਰੀ, ਉਹਨਾਂ ਨੇ ਕੋਲ ਖੜ ਕੇ ਸਾਨੂੰ ਵੀ ਕੁੱਟਵਾਇਆ ਜੀ। ਸਾਡੇ ਨੰਗੇ ਪੈਰ ਕਰਕੇ 2 ਬੰਦੇ ਸਾਡੀ ਪਿੱਠ 'ਤੇ ਬੈਠੇ ਨੇ, ਉਸ ਤੋਂ ਬਾਅਦ ਸਾਡੇ ਪੈਰਾਂ 'ਤੇ ਡਾਂਗਾ ਮਾਰੀਆਂ, ਬਹੁਤ ਜ਼ਿਆਦਾ ਟੋਰਚਰ ਕੀਤਾ ਸਰ। ਸਾਡੇ ਕੰਮ ਦੇ ਵਿੱਚ ਇਹ ਬਣਦੀ ਨਹੀਂ, ਇਹ ਇੰਨਾ ਟੋਰਚਰ ਬਣਦਾ ਨਹੀਂਗਾ ਜੀ ਕਦੇ ਵੀ। ਜੋ ਇਹਨਾਂ ਨੇ ਸਾਡਾ ਸਾਰਾ ਸ਼ਹਿਰ ਖੁੱਲ੍ਹਾ ਪਿਆ ਜੀ, ਸਾਡੀਆਂ ਦੁਕਾਨਾਂ ਕਿਉਂ ਬੰਦ ਕਰਵਾਈਆਂ ਇਹਨਾਂ ਕੱਲਿਆਂ ਲਈ?
ਹੋਰ ਕਿੰਨੀਆਂ ਦੁਕਾਨਾਂ ਉੱਥੇ ਲਾਈਨ ਦੇ ਵਿੱਚ ਹੈਗੀਆਂ? ਘੱਟੋ ਘੱਟ ਵੀ 17-18 ਦੁਕਾਨਾਂ ਹੈਗੀਆਂ ਜੀ ਆਸੇ ਪਾਸੇ, ਕੋਈ ਦੁਕਾਨ ਤੇ ਕਿਸੇ ਨੂੰ ਕੁਛ ਨਹੀਂ ਕਿਹਾ, ਦੁਕਾਨਾਂ ਖੁੱਲੀਆਂ ਸੀਗੀਆਂ। ਕੁਛ ਪੈਸੇ ਪੂਸੇ ਦਾ ਮਾਮਲਾ ਵੀ ਹੈਗਾ, ਕੁਛ ਲੈ ਕੇ ਗਏ ਕਿਸੇ ਕੋਲ ਤੁਹਾਡੇ ਕੋਲ ਪੈਸੇ ਪੂਸੇ? ਹਾਂਜੀ, ਗੱਲਿਆਂ ਦੇ ਵਿੱਚ ਜੋ ਸੀਗਾ ਜੀ ਸਾਡੇ ਲੈ ਗਏ ਨੇ ਜੀ, ਜਿੰਨੇ ਵੀ ਸੀਗੇ। ਕਿੰਨੇ ਕੁ ਪੈਸੇ ਸੀ ਤੁਹਾਡੇ ਗੱਲੇ ਦੇ ਵਿੱਚ ਜਿਹੜੇ ਲੈ ਕੇ ਗਏ ਸੀ? ਅੰਦਾਜ਼ਾ 5-7 ਹਜ਼ਾਰ ਰੁਪਈਆ ਮੇਰੇ ਗੱਲੇ 'ਚ ਸੀਗਾ, ਬਾਕੀ ਇਹਨਾਂ ਦੇ ਗੱਲੇ 'ਚ ਸੀ। ਮੰਗ ਸਾਡੀ ਜੀ, ਸਾਨੂੰ ਇਨਸਾਫ਼, ਇਹਨਾਂ ਟੋਰਚਰ ਸਾਨੂੰ ਕਿਉਂ ਕੀਤਾ ਗਿਆ ਜੀ? ਇਸ ਕੰਮ ਦੇ ਵਿੱਚ ਬਣਦਾ ਹੀ ਨਹੀਂ ਸੀਗਾ ਜੀ ਇਹਨਾਂ ਟੋਰਚਰ, ਸਾਨੂੰ ਇਨਸਾਫ਼ ਦਿੱਤਾ ਜਾਵੇ ਜੀ। ਪੁਲਿਸ ਦਾ ਤਸ਼ੱਦਦ ਇੰਨੇ ਬੁਰੇ ਤਰੀਕੇ ਦਾ ਸੀ ਕਿ ਪੀੜਤਾਂ ਦੇ ਸਰੀਰ 'ਤੇ ਹੁਣ ਤੱਕ ਵੀ ਜ਼ਖਮ ਅਤੇ ਕਈ ਹੋਰ ਤਰ੍ਹਾਂ ਦੇ ਨਿਸ਼ਾਨ ਪਏ ਹੋਏ ਹਨ। ਜਲੰਧਰ ਤੋਂ ਨਿਸ਼ਾ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।